ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨੋਟਿਸ ਹੈ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਇਹ 29/9/2023 ਦੀ ਜ਼ਰੂਰੀ ਸੂਚਨਾ ਕੰਟਰੋਲਰ ਦਫ਼ਤਰ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ ਪੱਤਰ ਨੰਬਰ - ਮਿਤੀ 5/9/2023 ਦੇ ਸੰਬੰਧ ਵਿੱਚ ਸੈਸ਼ਨ ਦਸੰਬਰ 2023 ਦੀਆਂ ਸਮੈਸਟਰ ਪ੍ਰੀਖਿਆਵਾਂ ਲਈ ਪ੍ਰਾਈਵੇਟ ਤੇ ਰੀਅਪੀਅਰ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਦੀ ਮਿਤੀ 30/9/2023 ਤੱਕ ਵਾਧਾ ਕੀਤਾ ਗਿਆ ਸੀ। ਇਹ ਪਹਿਲਾਂ ਦੱਸਿਆ ਗਿਆ ਪਹਿਲੇ ਪੈਰੇ ਵਿੱਚ ਕਿ ਪਹਿਲਾਂ 5/9 ਤੋਂ ਮਿਤੀ ਵਧਾ ਕੇ 30/9 ਤੱਕ ਕੀਤੀ ਗਈ ਸੀ। ਇੱਥੇ ਸਮੈਸਟਰ ਪ੍ਰੀਖਿਆਵਾਂ ਔਰ ਪ੍ਰਾਈਵੇਟ ਤੇ ਰੀਅਪੀਅਰ ਦੋਨੇ ਨੇ, ਜਿਹੜੇ ਪ੍ਰਾਈਵੇਟ ਹੈ। ਹਾਂ, ਮੈਨੂੰ ਇੱਥੇ ਕਲੀਅਰ ਨਹੀਂ ਹੈ, ਮੈਂ ਫਿਰ ਪਤਾ ਕਰਕੇ ਨੈਕਸਟ ਵੀਡੀਓ ਵਿੱਚ ਦੱਸ ਦਾਂਗਾ। ਇਹਦੇ ਵਿੱਚ ਬੀਐਡ ਦੇ ਐਡੀਸ਼ਨਲ ਪੇਪਰ, ਬੀਏ ਗ੍ਰੈਜੂਏਸ਼ਨ ਦੇ ਐਡੀਸ਼ਨਲ ਪੇਪਰ ਵੀ ਸ਼ਾਮਲ ਹਨ। ਇਸ ਮੁਤਾਬਕ ਜੋ ਇਸਦਾ ਸੁਭਾਅ ਦੱਸ ਰਿਹਾ ਹੈ, ਕਿਉਂਕਿ 30 ਤਰੀਕ ਇੱਥੇ ਲਾਸਟ ਬਣਦੀ ਸੀ। ਵਿਦਿਆਰਥੀਆਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਪ੍ਰਾਈਵੇਟ ਅਤੇ ਰੀਅਪੀਅਰ ਦੇ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਦੀ ਮਿਤੀ 30/9/23 ਤੋਂ ਵਧਾ ਕੇ ਮਿਤੀ 16/10/2023 ਤੱਕ ਵਾਧਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਚਲੰਤ ਸ਼ਡਿਊਲ ਅਨੁਸਾਰ ਫੀਸ ਵਸੂਲ ਕੀਤੀ ਜਾਏਗੀ। ਇਸ ਤੋਂ ਬਾਅਦ ਲੇਟ ਫੀਸ ਲੱਗੇਗੀ। ਸੋ ਮੇਰੇ ਖਿਆਲ 'ਚ ਕੱਲ੍ਹ ਮੈਂ ਇਨਕੁਆਇਰੀ ਤੋਂ ਵੀ ਪਤਾ ਕਰ ਲੈਂਦਾ ਹਾਂ, ਤੁਸੀਂ ਵੀ ਪਤਾ ਕਰ ਲਓ। ਜਿਹੜੇ ਸਟੂਡੈਂਟ ਰਹਿ ਗਏ ਨੇ, ਉਹਨਾਂ ਨੇ ਭਰਨਾ ਸੀ ਜਾਂ ਲੇਟ ਫੀਸ ਲੱਗਦੀ ਸੀ, ਉਹਨਾਂ ਲਈ ਇਹ ਕੀ ਹੈ, ਲੇਟ ਫੀਸ ਬਚ ਜਾਏਗੀ। ਸੋ ਇਸਦਾ ਫਾਇਦਾ ਉਠਾਉਣਾ ਚਾਹੀਦਾ ਹੈ ਮੇਰੇ ਮੁਤਾਬਕ। ਇਹ ਕੱਲ੍ਹ ਮੈਂ ਫਿਰ ਵੀ ਕਲੀਅਰ ਕਰ ਲਾਂਗਾ ਕਿ ਸਾਡੇ ਬੀਐਡ ਦੇ ਜਿਹੜੇ ਔਰ ਗ੍ਰੈਜੂਏਸ਼ਨ ਦੇ ਐਡੀਸ਼ਨਲ ਪੇਪਰ ਦੇਣ ਵਾਲੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ, ਯਾਨੀ 16/10/2023 ਤੱਕ ਉਹ ਬਿਨਾਂ ਲੇਟ ਫੀਸ ਤੋਂ ਜਿਹੜਾ ਹੈ ਫਾਰਮ ਜਮ੍ਹਾਂ ਕਰਵਾ ਸਕਦੇ ਨੇ, ਫੀਸ ਜਮ੍ਹਾਂ ਕਰਵਾ ਸਕਦੇ ਨੇ। ਇਸ ਰਿਗਾਰਡਿੰਗ ਤੁਸੀਂ ਕੋਈ ਕੁਐਸਚਨ ਆਨਸਰ ਤੁਹਾਡਾ ਜੋ ਚੱਲ ਰਿਹਾ ਹੈ ਪੁੱਛ ਸਕਦੇ ਹੋ, ਟੈਨਸ਼ਨ ਨਹੀਂ ਲੈਣੀ। ਲਾਈਫ ਕਿਸੇ ਹੋਰ ਪਰਪਸ ਲਈ ਹੈ, ਉਸ ਪਰਪਸ ਨੂੰ ਧਿਆਨ 'ਚ ਰੱਖਦੇ ਹੋ ਹਰ ਗਤੀਵਿਧੀ ਕਰੋਗੇ ਤਾਂ ਹਰ ਕਦਮ ਸਫਲ ਹੈ। ਥੈਂਕ ਯੂ।